ਉਹ ਪਰਦਾ ਹੈ ਗੁਰਮੁਖ ਪਿਆਰਿਓ ਹਨੇਰਾ। ਹਨੇਰਾ ਇੰਨਾ ਵੱਡਾ ਪਰਦਾ ਹੈ ਕਿ ਸਭ ਕੁਝ ਢੱਕਿਆ ਜਾਂਦਾ ਹੈ, ਪਰ ਜੇਕਰ ਹਨੇਰੇ ਤੋਂ ਵੀ ਕੋਈ ਵੱਡਾ ਪਰਦਾ ਹੈ ਤੇ ਉਹ ਵਿਦਵਾਨ ਸੱਜਣ ਕਹਿੰਦੇ ਅਕਲ ਤੇ ਪਰਦਾ ਹੈ। ਅਗਰ ਹਨੇਰੇ ਤੋਂ ਵੀ ਕੋਈ ਬਹੁਤ ਵੱਡਾ ਪਰਦਾ ਹੈ, ਹਨੇਰੇ ਤੋਂ ਵੀ ਕੋਈ ਵੱਡਾ ਹਨੇਰਾ ਹੈ ਤੇ ਉਹ ਅਗਿਆਨਤਾ ਦਾ ਹਨੇਰਾ ਹੈ, ਜਿਹਨੂੰ ਗੁਰਦੇਵ ਕਹਿੰਦੇ ਮਾਧੋ ਅਵਿਦਿਆ ਹਿੱਤ ਕੀ ਨ। ਜਿਵੇਂ ਜਿਵੇਂ ਅਵਿਦਿਆ ਦੇ ਨਾਲ ਤੁਹਾਡਾ ਹਿੱਤ ਬਣਦਾ ਜਾਏਗਾ, ਹਿੱਤ ਦਾ ਅੱਖਰੀ ਅਰਥ ਹੁੰਦਾ ਪ੍ਰੇਮ, ਹਿੱਤ ਦਾ ਅੱਖਰੀ ਅਰਥ ਹੁੰਦਾ ਖਿੱਚ, ਹਿੱਤ ਦਾ ਅੱਖਰੀ ਅਰਥ ਹੁੰਦਾ ਮੋਹ, ਹਿੱਤ ਦਾ ਅੱਖਰੀ ਅਰਥ ਹੁੰਦਾ ਹੈ ਕਿ ਜਿਹਦੇ 'ਤੇ ਤੁਹਾਡੀ ਗਹਿਰੀ ਪਕੜ ਹੈ, ਜਿਹਨੂੰ ਤੁਸੀਂ ਘੁੱਟ ਕੇ ਫੜਿਆ ਹੋਇਆ ਉਹਨੂੰ ਕਹਿੰਦੇ ਹਿੱਤ। ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਹਿੱਤ ਹੈ, ਉਹਦੇ ਵਿੱਚੋਂ ਇੱਕ ਹਿੱਤ ਗੁਰਦੇਵ ਜੀ ਕਹਿੰਦੇ ਅਵਿਦਿਆ ਦੇ ਨਾਲ ਹੈ, ਅਗਿਆਨਤਾ ਦੇ ਨਾਲ ਹੈ। ਹੁਣ ਅਗਿਆਨਤਾ ਕੀ ਕਰਦੀ ਹੈ? ਅਗਿਆਨਤਾ ਇੱਕੋ ਕੰਮ ਕਰਦੀ ਹੈ, ਉਹ ਤੁਹਾਡੇ ਸਾਹਮਣੇ ਦੋ ਰਾਹ ਨੇ, ਇੱਕ ਸਹੀ ਹੈ ਇੱਕ ਗਲਤ ਹੈ। ਜਿਵੇਂ ਜਿਵੇਂ ਅਵਿਦਿਆ ਵੱਧਦੀ ਜਾਏਗੀ ਤਿਵੇਂ ਤਿਵੇਂ ਚੁਣਾਵ ਕਰਨ ਦੇ ਵਿੱਚ ਕਠਿਨਾਈ ਹੋਣੀ ਸ਼ੁਰੂ ਹੋ ਜਾਏਗੀ। ਅਗਿਆਨਤਾ ਜਿੰਨੀ ਵੱਧ ਜਾਏਗੀ ਓਨਾ ਤੁਸੀਂ ਚੁਣਾਵ ਸਹੀ ਨਹੀਂ ਕਰ ਪਾਓਗੇ। ਔਰ ਜਿਹੜੀ ਤੁਹਾਡੀ ਮੇਰੀ ਜ਼ਿੰਦਗੀ ਹੈ ਇਹ ਪੂਰੀ ਦੀ ਪੂਰੀ ਚੋਣ 'ਤੇ ਖੜੀ ਹੋਈ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ ਜੇਕਰ ਤੁਸੀਂ ਹੱਸ ਰਹੇ ਹੋ ਉਹ ਤੁਹਾਡੀ ਚੋਣ ਹੈ, ਜੇਕਰ ਤੁਸੀਂ ਰੋ ਰਹੇ ਹੋ ਉਹ ਵੀ ਤੁਹਾਡੀ ਚੋਣ ਹੈ। ਜੇਕਰ ਅੱਜ ਤੁਹਾਡੇ ਜੀਵਨ 'ਚ ਬਹੁਤ ਕੁਝ ਹੈ ਉਹ ਵੀ ਤੁਹਾਡੀ ਚੋਣ ਸੀ, ਤੁਹਾਡਾ ਚੁਣਾਵ ਸੀ। ਸੁਖਾਲੇ ਸ਼ਬਦਾਂ 'ਚ ਆਪਾਂ ਇਸ ਨੂੰ ਸਮਝ ਸਕਦੇ ਹਾਂ ਕਿ ਜੋ ਵੀ ਅੱਜ ਸਾਡੇ ਪਾਸ ਹੈ ਉਹ ਸਾਡਾ ਚੁਣਾਵ ਹੈ, ਜੋ ਵੀ ਤੁਸੀਂ ਚੁਣਿਆ। ਔਰ ਚੋਣ ਕਿਵੇਂ ਹੁੰਦੀ ਹੈ? ਉਹਦੇ ਲਈ ਵਿਵੇਕ ਚਾਹੀਦਾ। ਅਤੇ ਅਵਿਦਿਆ ਕੀ ਕਰਦੀ ਹੈ? ਸਭ ਤੋਂ ਪਹਿਲਾਂ ਤੁਹਾਡੇ ਵਿਵੇਕ ਨੂੰ ਧੁੰਦਲਾ ਕਰ ਦਿੰਦੀ ਹੈ। ਜਿੰਨਾ ਵਿਵੇਕ ਧੁੰਦਲਾ ਉਹਨਾਂ ਚੁਣਾਵ ਦੇ ਵਿੱਚ ਦਿੱਕਤ, ਜਿੰਨਾ ਵਿਵੇਕ ਧੁੰਦਲਾ ਹੋ ਜਾਏਗਾ ਉਹਨਾਂ ਤੁਸੀਂ ਚੁਣਾਵ ਸਹੀ ਨਹੀਂ ਕਰ ਪਾਓਗੇ। ਅਤੇ ਜਿੰਨਾ ਤੁਹਾਡੇ ਪਾਸ ਵਿਵੇਕ ਹੋਏਗਾ ਉਹਨਾਂ ਤੁਹਾਡਾ ਚੁਣਾਵ ਸਹੀ ਹੋਏਗਾ। ਇਸੇ ਕਰਕੇ ਤਾਂ ਤੁਸੀਂ ਰੋਜ਼ਾਨਾ ਬੇਨਤੀ ਕਰਦੇ ਹੋ ਨਾ ਮਹਾਰਾਜ ਦੇ ਚਰਨਾਂ 'ਚ, ਤਿੰਨ ਟਾਈਮ ਘੱਟ ਤੋਂ ਘੱਟ ਤੁਸੀਂ ਅਰਦਾਸ ਕਰਦੇ ਹੋ ਅਤੇ ਮਹਾਰਾਜ ਨੂੰ ਕਹਿੰਦੇ ਹੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਇਹ ਵਿਵੇਕ ਦਾ ਦਾਨ ਅਸੀਂ ਕਿਉਂ ਮੰਗਦੇ ਹਾਂ? ਕਿਉਂਕਿ ਜ਼ਿੰਦਗੀ ਹੈ ਹੀ ਚੋਣ, ਹੈ ਹੀ ਚੁਣਾਵ। ਔਰ ਜਿਸ ਚੀਜ਼ ਦਾ ਤੁਸੀਂ ਚੁਣਾਵ ਕਰ ਲਿਆ ਉਸ ਪਾਸੇ ਤੁਸੀਂ ਮੁੜ ਜਾਣਾ, ਔਰ ਜਿਸ ਚੀਜ਼ ਨੂੰ ਤੁਸੀਂ ਚੁਣ ਲਿਆ ਵੈਸੇ ਤੁਹਾਡੀ ਜ਼ਿੰਦਗੀ ਬਣਦੀ ਜਾਣੀ ਹੈ। ਔਰ ਕੁਦਰਤ ਦਾ ਨਿਯਮ ਇਹ ਹੈ ਕਿ ਜੋ ਤੁਸੀਂ ਸੋਚ ਰਹੇ ਹੋ, ਜੋ ਤੁਸੀਂ ਕਮਾ ਰਹੇ ਹੋ ਉਹ ਹੋਰ ਤੁਹਾਡੇ ਕੋਲ ਆਵੇਗਾ। ਜਿੰਨਾ ਜ਼ਿਆਦਾ ਸੋਚੋਗੇ, ਜਿੰਨਾ ਉਹਦੇ ਵੱਲ ਜ਼ਿਆਦਾ ਧਿਆਨ ਦਿਓਗੇ, ਜਿੰਨਾ ਤੁਹਾਡਾ ਜ਼ਿਆਦਾ ਮੁਹਾਰ ਹੋਏਗਾ ਉਹਨਾਂ ਉਹ ਚੀਜ਼ ਹੋਰ 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 ਵੱਧਦੀ ਜਾਏਗੀ ਤੁਹਾਡੇ ਜੀਵਨ 'ਚ। ਜਿਵੇਂ ਕਈ ਵਾਰੀ ਦੁੱਖ ਆਉਂਦਾ ਹੈ ਤਾਂ ਇੰਨਾ ਆ ਜਾਂਦਾ ਮੁੱਕਣ ਦਾ ਨਾਮ ਹੀ ਨਹੀਂ ਲੈਂਦਾ, ਕਈ ਵਾਰੀ ਸੁੱਖ ਆਉਂਦਾ ਵੀ ਇੰਨਾ ਆ ਜਾਂਦਾ ਕਿ ਮੁੱਕਣ ਦਾ ਨਾਮ ਹੀ ਨਹੀਂ ਲੈਂਦਾ। ਸਤਿਗੁਰੂ ਜੀ ਕਹਿੰਦੇ ਨੇ ਸਾਨੂੰ, ਮਹਾਰਾਜ ਸਮਝ ਦਿੰਦੇ ਕਿ ਮਾਧੋ ਅਵਿਦਿਆ ਹਿੱਤ ਕੀਨ, ਕਿ ਜਿਵੇਂ ਜਿਵੇਂ ਤੁਹਾਡਾ ਅਗਿਆਨਤਾ ਦੇ ਨਾਲ ਹਿੱਤ ਬਣੇਗਾ, ਅਵਿਦਿਆ ਨਾਲ ਹਿੱਤ ਬਣੇਗਾ, ਜਿਹੜਾ ਵਿਵੇਕ ਦਾ ਦੀਵਾ ਹੈ ਇਹ ਮੱਧਮ ਹੋ ਜਾਏਗਾ, ਔਰ ਜਿੰਨਾ ਜ਼ਿਆਦਾ ਵਿਵੇਕ ਤੁਹਾਡਾ ਮੱਧਮ ਹੋਏਗਾ ਤੁਸੀਂ ਚੋਣ ਨਹੀਂ ਕਰ ਪਾਓਗੇ। ਤਿੰਨ ਸ਼ਬਦਾਂ 'ਤੇ ਧਿਆਨ ਦਿਆ ਜੇ, ਪਹਿਲਾ ਸ਼ਬਦ ਹੈ ਵਿਵੇਕ, ਦੂਜਾ ਸ਼ਬਦ ਹੈ ਧਿਆਨ, ਤੀਜਾ ਸ਼ਬਦ ਹੈ ਗਿਆਨ। ਪਹਿਲਾ ਵਿਵੇਕ, ਦੂਜਾ ਧਿਆਨ, ਤੀਜਾ ਗਿਆਨ।
ਇਹ ਤਿੰਨੇ ਜੁੜੇ ਹੋਏ ਨੇ ਔਰ ਇੰਨੇ ਗਹਿਰੇ ਜੁੜੇ ਹੋਏ ਨੇ ਇਹਨਾਂ ਤਿੰਨਾਂ 'ਚੋਂ ਤੁਸੀਂ ਇੱਕ ਨੂੰ ਪਾਸੇ ਨਹੀਂ ਕਰ ਸਕਦੇ ਇਹ ਤਿੰਨੇ ਇਕੱਠੇ ਰਹਿੰਦੇ ਨੇ ਵਿਵੇਕ ਹੈ ਧਿਆਨ ਹੈ ਅਤੇ ਗਿਆਨ ਹੈ ਹੁਣ ਵਿਵੇਕ ਦਾ ਅੱਖ ਅਰਥ ਕੀ ਹੁੰਦਾ ਬਿਬ ਪਲੱਸ ਏਕ ਬਿਬ ਕਹਿੰਦੇ ਨੇ ਦੋ ਨੂੰ ਅਤੇ ਏਕ ਦਾ ਅਰਥ ਆਪ ਜੀ ਸਮਝਦੇ ਹੋ ਇੱਕ ਵਿਵੇਕੀ ਉਹ ਹੈ ਜਿਹਦੇ ਸਾਹਮਣੇ ਦੋ ਰਾਹ ਨੇ ਇੱਕ ਗਲਤ ਹੈ ਇੱਕ ਸਹੀ ਹੈ ਵਿਵੇਕੀ ਉਹਨੂੰ ਕਹਾਂਗੇ ਜਿਹਨੇ ਸਹੀ ਰਸਤੇ ਦੀ ਚੋਣ ਕਰ ਲਈ ਆਪਾਂ ਕਹਿੰਦੇ ਵਿਵੇਕੀ ਹੈ ਜਿਵੇਂ ਕਿਹਾ ਜਾਂਦਾ ਕਿ ਹੰਸ ਦੇ ਸਾਹਮਣੇ ਤੁਸੀਂ ਦੁੱਧ ਅਤੇ ਪਾਣੀ ਇਕੱਠਾ ਕਰਕੇ ਰੱਖ ਦਿਓ ਅਤੇ ਹੰਸ ਕੀ ਕਰਦਾ ਦੁੱਧ ਦੁੱਧ ਪੀ ਲੈਂਦਾ ਪਾਣੀ ਛੱਡ ਦਿੰਦਾ ਸੱਜਣ ਕਹਿੰਦੇ ਨੇ ਕਿ ਜਿਹੜਾ ਹੰਸ ਹੈ ਉਹਦੀ ਜਿਹੜੀ ਚਿੰਝ ਹੈ ਉਹਦੇ 'ਚ ਖਟਾਸ ਹੁੰਦੀ ਹੈ ਜਿਵੇਂ ਉਹ ਦੁੱਧ 'ਚ ਰੱਖਦਾ ਅਤੇ ਉਹ ਦੁੱਧ ਫੁੱਟ ਜਾਂਦਾ ਪਾਣੀ ਪਾਸੇ ਹੋ ਜਾਂਦਾ ਦੁੱਧ ਪਾਸੇ ਹੋ ਜਾਂਦਾ ਉਹ ਦੁੱਧ ਦੁੱਧ ਪੀ ਲੈਂਦਾ ਪਰ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਗੁਰਮੁਖ ਹੈ ਉਹ ਵਿਵੇਕੀ ਹੈ ਔਰ ਜਿਤਨਾ ਜ਼ਿਆਦਾ ਵਿਵੇਕੀ ਹੋਏਗਾ ਕਿਉਂਕਿ ਹਰ ਸਮੇਂ ਹਰ ਦਮ ਹਰ ਵਕਤ ਰਸਤੇ ਦੋ ਹੀ ਹੋਣੇ ਨੇ ਤੁਹਾਡੇ ਸਾਹਮਣੇ ਤੀਜਾ ਰਸਤਾ ਨਹੀਂ ਹੁੰਦਾ ਰਾਹ ਦੋ ਹੀ ਹੁੰਦੇ ਨੇ ਬਸ ਜੇਕਰ ਤੁਸੀਂ ਸਹੀ ਚੁਣ ਲਿਆ ਤਾਂ ਤੁਹਾਡਾ ਜੀਵਨ ਸਹੀ ਟਰੈਕ 'ਤੇ ਹੋ ਜਾਣਾ ਗਲਤ ਚੁਣ ਲਿਆ ਤਾਂ ਤੁਹਾਡਾ ਜਿਹੜਾ ਜੀਵਨ ਉਹ ਗਲਤ ਟਰੈਕ 'ਤੇ ਹੋ ਜਾਣਾ ਜਿਹੜਾ ਰਸਤਾ ਤੁਸੀਂ ਚੁਣ ਲਿਆ ਉਹਦੇ ਮੁਤਾਬਕ ਰਿਜ਼ਲਟ ਆਉਣਾ ਸ਼ੁਰੂ ਹੋ ਜਾਣਾ ਜਿਵੇਂ ਗੁਰਦੇਵ ਜੀ ਕਹਿੰਦੇ ਜੋ ਬੀਜੇ ਸੋ ਲੂਣਾ ਕਰਮਾ ਸੰਧੜਾ ਖੇਤ ਜਿਵੇਂ ਤੁਸੀਂ ਬੀਜ ਦਿੱਤਾ ਬੀਜ ਦੇ ਅਨੁਸਾਰ ਹੀ ਕੁਦਰਤ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਜਿਵੇਂ ਤੁਸੀਂ ਚੋਣ ਕਰ ਲਈ ਚੋਣ ਕਰਦਿਆਂ ਸਾਰ ਹੀ ਕੁਦਰਤ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ ਔਰ ਜਿਹੜੀ ਚੋਣ ਹੈ ਇਹ ਵਿਵੇਕ ਤੋਂ ਬਿਨਾਂ ਸੰਭਵ ਨਹੀਂ ਹੈ ਸਹੀ ਚੋਣ ਹਾਂ ਗਲਤ ਚੋਣ ਤਾਂ ਆਪਾਂ ਬਿਨਾਂ ਵਿਵੇਕ ਤੋਂ ਵੀ ਕਰ ਸਕਦੇ ਹਾਂ ਚੁਣਨਾ ਹੀ ਹੈ ਆਪਾਂ ਚੁਣ ਲਾਂਗੇ ਰਾਹ ਹੀ ਚੁਣਨਾ ਇੱਕ ਚੁਣ ਲਿਆ ਆਪਾਂ ਪਰ ਜੇਕਰ ਗੁਰਮੁਖ ਪਿਆਰੇ ਹੋ ਤੁਸੀਂ ਸਹੀ ਚੋਣ ਕਰਨਾ ਚਾਹੁੰਦੇ ਹੋ ਅਤੇ ਉਹਦੇ ਲਈ ਗੁਰਦੇਵ ਜੀ ਕਹਿੰਦੇ ਵਿਵੇਕ ਹੋਣਾ ਚਾਹੀਦਾ ਤੁਹਾਡੇ ਕੋਲ ਜਿੰਨਾ ਵਿਵੇਕ ਹੋਏਗਾ ਓਨੀ ਚੋਣ ਸਹੀ ਹੋਏਗੀ ਹੁਣ ਵਿਵੇਕ ਤੋਂ ਬਾਅਦ ਆਉਂਦਾ ਧਿਆਨ ਧਿਆਨ ਕੀ ਹੈ ਇੱਕ ਮਿੰਟ 'ਚ ਸਮਝਣਾ ਹੋਵੇ ਤਾਂ ਧਿਆਨ ਕਿਹਨੂੰ ਕਹਿੰਦੇ ਨੇ ਇੱਕ ਮਿੰਟ 'ਚ ਸਮਝਣਾ ਹੋਵੇ ਤਾਂ ਧਿਆਨ ਦਾ ਅਰਥ ਹੈ ਜਿਵੇਂ ਵਿਵੇਕ ਹੈ ਤੁਹਾਡੇ ਸਾਹਮਣੇ ਦੋ ਰਾਹ ਨੇ ਤੁਸੀਂ ਇੱਕ ਰਸਤੇ